ਪੂਰੀ ਦੰਦ ਹੋ ਗਈ ਜੀ ਪੂਰੇ ਜੀ ਸਾਡੇ ਸਾਡੇ ਫੋਨ ਵੀਡੀਓ ਬਣਾਉਂਦੇ 3 ਸਾਲ ਦੀ ਹੋ ਗਈ ਜੀ ਇਹ ਜਿਹੜਾ ਸਾਡੇ 3 ਸਾਲ ਦੀ ਕਿੰਨੇ ਸਾਲ ਦੀ ਆ ਪੂਰੇ 3 ਸਾਲ ਹਾਂਜੀ ਜੀ ਲੱਭਾ ਜਨ ਕਿੰਨਾ ਕੋ ਜੀ ਇਹ ਕਿਹੜੀ ਨਸਲ ਦਾ ਬੱਕਰਾ ਬਈ ਰਾਜੂ ਇਹ ਜੀ ਅਸਲੀ ਪਾਕਿਸਤਾਨੀ ਬੱਕਰਾ ਹੈ ਪਿਆ ਪਾਕਿਸਤਾਨ 6 ਦੰਦ ਆ ਜੀ ਇਹਦੀ ਕੀ ਨਿਸ਼ਾਨੀ ਆ ਵੀ ਇਹ ਪਾਕਿਸਤਾਨੀ ਆ ਪਾਕਿਸਤਾਨੀ ਨਸਲ ਆ ਜੀ ਇਹ ਆ ਮੱਖਾ ਇੱਕਾ ਦਾੜੀ ਇਹਦੀ ਇੱਕਾ ਨੱਕ ਨਕੋੜਾ ਅੱਖ ਦਾ ਬਿੱਲਾ ਕੰਨ ਨਾ ਬੜਾ ਨਾ ਛੋਟਾ ਅਸਲੀ ਪਾਕਿਸਤਾਨੀ ਪਿੱਛੋਂ ਦਿਖਾਇਓ ਪਿੱਛਾ ਪਾਕਿਸਤਾਨੀ ਨਹੀਂ ਹੁੰਦਾ ਬੱਚੇ ਦਾ ਸਿਰੇ ਤੇ ਕਾੜੋ ਹੈਦਰਾਬਾਦੀ ਚ ਪਾਈ ਬੱਚੇ ਪੂਰੇ ਪਿੱਛੋਂ ਦਿਖਾਇਓ ਪਿੱਛੋਂ ਇਹ ਨੇ ਪਿਓਰ ਅਟਰਸ ਪਿਓਰ ਅਟਰ ਠੀਕ ਨੇ ਬਈ ਰਾਜੂ ਇਹ ਇੱਕ ਨੰਬਰ ਨੇ ਹਨਾ ਪਿਓਰ ਕਿਆ ਬਾਤ ਹੈ ਜੀ ਬਹੁਤ ਅੱਛੀ ਕੁਆਲਿਟੀ ਦਾ ਬੱਕਰਾ ਜੀ ਇਹ ਕੱਢੂ ਹਨਾ ਅਸਲ ਦੁੱਧ ਵਾਲੀਆਂ ਪੱਠਾ ਲੁਧਿਆਣਾ ਬਹੁਤ ਹੀ ਤਕੜਾ ਮੇਲਾ ਭਰਦਾ ਹੈ ਪੂਰੇ ਪੰਜਾਬ ਦਾ ਤੇ ਬੱਕਰੀਆਂ ਵਿੱਚ ਭੇਡਾਂ ਦਿਖਾਵਾਂਗੇ ਅੱਜ ਤੇ ਬਹੁਤ ਹੀ ਸੋਹਣੀਆਂ ਬੱਕਰੀਆਂ ਨੇ ਅੱਜ ਬਾਈਆਂ ਦੀਆਂ ਜ਼ਿਲ੍ਹਾ ਕਿਹੜਾ ਪੈਂਦਾ ਜੀ ਜ਼ਿਲ੍ਹਾ ਲੁਧਿਆਣਾ ਪੈਂਦਾ ਜ਼ਿਲ੍ਹਾ ਲੁਧਿਆਣਾ ਤੇ ਮੇਲਾ ਬੱਗਲੀ ਦਾ ਬੱਗਲੀ ਦਾ ਮੇਲਾ ਜੀ ਆਏ ਸਾਲੇ ਭਰਦਾ ਬਹੁਤ ਵਧੀਆ ਮੇਲਾ ਭਰਦਾ ਜੀ ਤੇ ਬੱਕਰੀ ਦੇ ਕਿੰਨੀ ਪਾਉਂਦੀ ਹੈ ਜੀ ਆਏ ਸਾਲ ਬੱਕਰੀ ਦਾ 6000 ਦੇ ਲੋ ਦੇ ਸਾਹਮਣੇ ਕਿੰਨੀ ਬੱਕਰੀ ਤਿਲ ਧਰਨ ਨਹੀਂ ਸੋਈ ਰਾਤਾਂ ਦੀ ਜਗ੍ਹਾ ਨਹੀਂ ਬੱਕਰੀ ਆਉਂਦੀ ਅੱਛਾ ਜੀ ਤੇ ਆਏ ਸਾਲ ਹੀ ਉਹਨੇ ਹਰ ਇੱਕ ਸਾਲ ਆਉਂਦੀ ਅੱਛਾ ਜੀ ਕਿਹੜੀ ਨਸਲ ਦੀਆਂ ਬੱਕਰੀਆਂ ਨੇ ਜੀ ਆਪਣੇ ਲਈ ਅੰਮ੍ਰਿਤਸਰੀ ਅੰਮ੍ਰਿਤਸਰੀ ਪਿਓਰ ਪਿਓਰ ਨੇ ਦਿਖਾਓ ਜੀ ਕਿਹੜੇ ਕਿਹੜੇ ਰੰਗ ਨੇ ਤੁਹਾਡੇ ਦਿਖਾਓ ਏ ਫੜ ਕੇ ਲਿਓ ਆ ਫੜ ਲੈ ਚਾਲੂ ਕਰੀਏ ਆਹ ਡੱਬੀ ਜੀ ਸਾਰੀਆਂ ਸਾਰੀਆਂ ਵਧੀਆ ਵਧੀਆ ਲਿਆ ਹੈਦਰਾਬਾਦੀ ਕ੍ਰੋਸ ਹੈ ਅਬਲਕ ਅਬਲਕ ਹੈਦਰਾਬਾਦੀ ਕ੍ਰੋਸ ਹੈ ਜੀ ਜਨਾਬ ਚਰਾਤੇ ਇਹ ਪਿਓਰ ਬੀਟਲ ਹੈ ਅਸਲੀ ਵਧੀਆ ਬੱਕਰੀ ਹੈ ਇਹ ਨਾ ਕਾਨ ਇਸਕੇ ਛੋਟੇ ਨਾ ਬੜੇ ਤੇ ਆ ਲਿਆ ਫੜ ਕੇ ਕੋਈ ਨੀ ਚੱਕੀ ਰੱਖਾਂਗੇ ਉਹ ਪੂਰੀ ਬੱਕਰੀ ਖਾ ਲਾ ਬਾਈ ਉਹ ਪੂਰੀ ਲਿਆ ਛੱਡਦੀ ਛੱਡੀ ਚੱਲ ਸਾਡੀ ਬੱਕਰੀ ਨੀ ਛੱਡੀ ਕੇ ਦੰਦ ਦਿਖਾਵੇ ਤੇ ਇਹਦੇ ਕਿੰਨੇ ਬੱਚੇ ਨੇ ਜੀ ਥੱਲੇ ਇਹਦੇ ਥੱਲੇ ਕਿੰਨੇ ਬੱਚੇ ਨੇ ਜੀ ਇਹਦੇ ਇੱਕ ਬੱਚਾ ਅੱਛਾ ਜੀ ਦੁੱਧ ਦੱਧ ਕਿੰਨਾ ਕੋ ਇਹਦੇ ਕਿੰਨਾ ਜੀ ਬੱਕਰੀ ਦੁੱਧ 3.5 ਲੀਟਰ ਆ ਪੱਕਾ ਦੋਨੇ ਟਾਈਮਾਂ ਦਾ 8 ਦੰਦ ਪਲੱਸ ਹੈ ਜੀ ਨਾ ਨਾ ਇੱਕ ਟਾਈਮ ਦਾ ਜੀ 8 ਦੰਦ ਪਲੱਸ ਹੈ ਜੀ ਅੱਛਾ ਜੀ ਪੂਰੀ 8 ਦੰਦ ਪਲੱਸ ਕਿਡਨੀ ਸ਼ੇਰੀ ਬੀਟਲ ਪਿਓਰ ਅੱਛਾ ਜੀ ਨਾਗਰੀ ਲਾਲ ਬੀਟਲਾਂ ਅਗਲਾ ਕਮਿਊਨੀ ਪੂਰੀ ਪਿਓਰ ਹਾਂਜੀ ਕੈਂਚ ਦੀ ਬੱਕਰੀ ਇਹ ਕੈਂਚ ਦੀ ਹੈ ਜੀ ਬੱਕਰੀ 30 ਇੰਚ ਦੀ 30 ਹੋਊਗੀ ਅੱਛਾ ਜੀ 30 ਇੰਚ ਕਿੰਨੇ ਚੱਕੋ ਕਰਦੇ ਹੋ ਜੀ ਇਹ ਕੰਮ ਤੁਸੀਂ ਸਾਡੀ ਪੀਸ ਵੀ ਚੱਲਦੀ ਹੈ ਸਰ ਹਰੇ
ਚੌਥੀ ਆ ਲਾ ਵੀ ਜਾਰੀ ਜਾਂਦਾ ਚੌਥੀ ਆ ਚੌਥੀ ਚੱਲਦੀ ਸਾਡੀ ਤੁਸੀਂ ਮੁਸਲਮਾਨ ਪੁੱਛੋ ਗੁੱਜਰ ਸਾਰੀ ਤੀਸਰੀ ਪੀੜ੍ਹੀ ਚ ਖੜੇ ਨੇ ਕਿਉਂ ਗਿੱਦੇ ਦਾ ਹੱਲਾ ਗੱਲਾ ਪਿਆ ਚੌਥੀ ਉਹਦਾ ਚੱਲਣ ਵਾਲੀ ਹੈ ਚੌਥੀ ਚੱਲਦੀ ਆ ਵੀ ਨਾਲੀ ਲਿਆਈ ਜਾਂ ਬੱਕਰੀ ਲਾਲ ਬੱਕਰੀ ਸੀ ਲਾਲ ਝੋਲਾ ਖੋਲ ਕੇ ਆਰਡਰ ਦਿਖਾਇਆ ਥਾਣਿਕਾ ਜੀ ਅੱਛਾ ਇਹਦਾ ਦੇਖ ਲਿਆ ਥਾਣਿਕ ਹੋ ਗਿਆ ਸੇਲ ਸੂਲ ਹੈ ਕੰਜ ਬੱਕਰੀ ਲਈ ਕੰਜ ਬੱਕਰੀ ਕੰਜ ਬੱਕਰੀ ਲਈ ਦੇਖ ਸਕਦਾ ਕੰਜ ਬੱਕਰੀ ਬਹੁਤ ਕੱਦਾ ਬੱਕਰੀ ਦਾ ਖੱਸੀ ਬੱਕਰਿਆਂ ਨੂੰ ਮਾਤ ਪਾਉਂਦੀ ਆ ਕੰਜ ਬੱਕਰੀ ਤੇ ਕਰਦੀ ਆ ਜੀ ਕੰਜ ਕਰਦੀ ਆ ਪੂਰੀ ਦੰਦ ਹੋ ਗਈ ਜੀ ਪੂਰੇ ਤਿੰਨ ਕੁ ਸਾਲ ਦੀ ਆ ਪੂਰੇ ਤਿੰਨ ਸਾਲ ਦੀ ਵਜਨ ਕਿੰਨਾ ਕੁ ਹੋਊ ਜੀ ਉੱਪਰ ਹੋਊ ਕੁਆਂਟਲ ਤੋਂ ਬੱਕਰੀ ਕੰਜ ਬੱਕਰੀ 100 ਕਿਲੋ ਤੋਂ ਉੱਪਰ ਬੱਕਰੀ ਬਹੁਤ ਅੱਛੀ ਕੁਆਲਿਟੀ ਦੀ ਬੱਕਰੀ ਹੈ ਨਸਲ ਦਾ ਬੱਕਰਾ ਬਈ ਰਾਜੂ ਅਸਲੀ ਪਾਕਿਸਤਾਨੀ ਬੱਕਰਾ ਹੈ ਇਹਦੀ ਕੀ ਨਿਸ਼ਾਨੀ ਹੈ ਵੀ ਇਹ ਪਾਕਿਸਤਾਨੀ ਹੈ ਪਾਕਿਸਤਾਨੀ ਨੱਕ ਨਕੋੜਾ ਅੱਖ ਦਾ ਬਿੱਲਾ ਕੰਨ ਨਾ ਬੜਾ ਨਾ ਛੋਟਾ ਅਸਲੀ ਪਾਕਿਸਤਾਨੀ ਪਿੱਛੋਂ ਦਿਖਾਇਓ ਪਿੱਛੋਂ ਦਿਖਾਇਓ ਪਿੱਛੋਂ ਇਹ ਨੇ ਪਿਓਰ ਅਡਰੈਸ ਠੀਕ ਨੇ ਬਈ ਰਾਜੂ ਇਹ ਇੱਕ ਨੰਬਰ ਨੇ ਹਨਾ ਕਿਉਂ ਬਾਤ ਹੈ ਜੀ ਬਹੁਤ ਅੱਛੀ ਕੁਆਲਿਟੀ ਦਾ ਬੱਕਰਾ ਜੀ ਇਹ ਕੱਢੂ ਹੋਣਾ ਅਸਲ ਦੁੱਧ ਵਾਲੀਆਂ ਪੱਠਾ ਅੱਛਾ ਜੀ ਪੂਰੇ ਸ਼ੇਰੇ ਇਹ ਕੱਢੂ ਜੀ ਅਸਲ ਇਹ ਬੱਚਾ ਇਸੇ ਦਾ ਜੀ ਇਹ ਬੱਚਾ ਖੀਰੇ ਖੀਰਾ ਬੱਚਾ ਹੈ ਆਰਡਰ ਇਹਦਾ ਵੀ ਬਹੁਤ ਅੱਛਾ ਬਹੁਤ ਸਹੀ ਕੁਆਲਿਟੀ ਦਾ ਬੱਚਾ ਪਿੱਛਾ ਭਾਰੀ ਗੁਲਾਬੀ ਕੰਨ ਵੀ ਹੈ ਸਿੰਗੀ ਬਹੁਤ ਪਤਲੀ ਹੈ ਲਓ ਜੀ ਚਿੱਟੀ ਅੱਖ ਨੱਕ ਨਕੋੜਾ ਪੂਰਾ ਵਧੀਆ ਲੰਗੂਰ ਵਰਗਾ ਤੋਰੀ ਬਾਈ ਤੋਰੋ ਜੀ ਤੋਰ ਕਿਤੇ ਤੋਰ ਗੁਲਾਬੀ ਕਲਰ ਮੇ ਬਹੁਤ ਅੱਛਾ ਬੱਚਾ ਬੋਲਣਾ ਸਾਡੀ ਨਿਗਾਹ ਚ ਭੇਡਾਂ ਦਾ ਹੌਲਾ ਫਿਰ ਆਹ ਲਿਆਓ ਜੀ ਆਹ ਨਾ ਥੱਲਿਓ ਪੁਰਾਣੀ ਇਹ ਕਿਹੜਾ ਰੰਗ ਹੈ ਜੀ
ਇਹ ਰਾਖ ਰੰਗਾ ਰੰਗ ਹੈ ਜੀ, ਪੁਰਾਣਾ ਰਾਖ ਰੰਗਾ ਰਾਖ ਨਹੀਂ ਹੁੰਦੀਆਂ ਪੁਰਾਣਾ ਅਸਲੀ ਪੁਰਾਣਾ ਰਵਾ ਅਸਲੀ ਇਹ ਸੈਂਸੀ ਰੱਖਿਆ ਕਰਦੇ ਇਹ ਰਵਾ ਜਾਂਦੇ ਸੈਂਸੀ ਰਾਜਪੂਤ ਜ਼ਿਆਦਾ ਇਹ ਰਵਾ ਰੱਖਦੇ ਤੇ ਇਹਨਾਂ ਥੱਲੇ ਦੁੱਧ ਬਹੁਤ ਹੁੰਦਾ ਸੀ ਇਹ ਅਸਲੀ ਰਾਖ ਰਹਿੰਦੀਆਂ ਤੇ ਰੋਜ਼ ਆਉਂਦੀਆਂ ਇਹ ਰੋਜ਼ਾਂ ਦੀ ਨਸਲ ਚੋਂ ਨਹੀਂ ਰੋਜ਼ ਆਉਂਦੀਆਂ ਬੱਕਰੀਆਂ ਰਾਖ ਬਣਾਓ ਨੂਰੀ ਨਸਲ ਕਬੂਤਰੀ ਰੰਗੀ ਪੂਰਕੰਨੀ ਨੂਰੀ ਨਸਲ ਵੱਖ ਵੱਖ ਨਸਲਾਂ ਦੱਸ ਰਿਹਾ ਰਾਜੂ ਦੜਪਾ ਨਸਲ ਹੈ ਜੀ ਨੂਰੀ ਇਹ ਪਛਾਣ ਕਿਸੇ ਕਿਸੇ ਨੂੰ ਹੈ ਰਾਜੂ ਹਰੇਕ ਬੰਦੇ ਨੂੰ ਹਰ ਕੋਈ ਬਣਾਉਂਦਾ ਨਸਲ ਦਾ ਪਤਾ ਨੀ ਹੁੰਦਾ ਕਦੇ ਬੱਕਰੀ ਦਾ ਕੰਨ ਨੀ ਚਾਰੇ ਉਹਨੂੰ ਕੀ ਪਤਾ ਦੋ ਦੰਦ ਪੱਠ ਹੈ ਜੀ ਅਸਲੀ ਕੁਆਲਿਟੀ ਦੀ ਪੱਠ ਹੈ ਬਹੁਤ ਅੱਛੀ ਜਾਤ ਦੀ ਪੱਠ ਹੈ ਅਗਰ ਕੋਈ ਮੇਰਾ ਭਾਈ ਸੇਲ ਕੇ ਲਈ ਖਰੀਦਣੇ ਚਾਹਤਾ ਹੋ ਤੋ ਸੇਲ ਕੇ ਲਈ ਵੀ ਪੱਠ ਮਕਾਊ ਹੈ ਭੇਡਾਂ ਦਿਖਾਓ ਭੇਡਾਂ ਦਿਖਾਵੇ ਵੀ ਦੋ ਦੰਦ ਹੈ ਬਾਈ ਪਹਿਲੇ ਦੰਦੇ ਵੀਰੇ ਪੱਠੇ ਫਲੂਣੇ ਆਏ ਤਾਂ ਪਰ ਪਹਿਲੇ ਸੂਏ ਭੇਡਾਂ ਦਿਖਾਵੇ ਰਾਜ ਉਹਨਾਂ ਦੀਆਂ ਕਿਹੜੀ ਨਸਲ ਦੀਆਂ ਭੇਡਾਂ ਬਾਰੇ ਕਰਦੇ ਗੱਲ ਇਹ ਕਿਹੜੀ ਨਸਲ ਹੈ ਜੀ ਅੱਠ ਦੰਦ ਪਿਓਰ ਪੂਰੇ ਕੱਦਾਂ ਕਿਹੜੀ ਕਜਲੀ ਬਾਈ ਇਹ ਕਜਲੀ ਹੈ ਕਜਲੀ ਹੈ ਜੀ ਇਹਦਾ ਕਿੰਨਾ ਕੱਦ ਕੱਦ ਕਿੰਨਾ ਹੋਊਗਾ ਖੀਰੀ ਸੂਪ ਹੀ ਪਹਿਲੇ ਸੂਏ ਕੱਦ ਹੋਣਾ ਇਹਦਾ 36 ਸੈਂਚੀ ਇਹ ਪਿਓਰ ਗੰਗਾ ਪਾਰੀ ਹੈ ਲੱਤਾਂ ਇਹਦਾ ਮੱਝਾਂ ਵਰਗੇ ਪੈਰ ਨੇ ਇਹਦੇ ਬੱਚੇ ਨੇ ਰਿੱਛ ਵਰਗੇ ਪੈਰ ਨੇ ਜੀ ਮੋਟੇ ਰਿੱਛ ਵਰਗੇ ਹਾਂ ਬਹੁਤ ਅਸਲੀ ਕੁਆਲਿਟੀ ਦਾ ਮਿਲਦਾ ਹੈ ਜੀ ਗੰਗਾ ਪਾਰੀ ਇਹ ਆਪਣੀ ਪੰਜਾਬ ਦੀ ਨਸਲ ਹੈ ਕੀ ਬਾਹਰ ਦੀ ਹੈ ਜੀ ਯੂਪੀ ਜਮਨਾ ਪਾਰੀ ਸੀਤਾ ਮਾਈ ਵਾਲੀ ਮਿਲਦੇ ਹੈ ਨਾ ਬੱਚੇ ਸੀਤਾ ਮਾਈ ਵਾਲੀ ਸੀਤਾ ਮਾਈ ਦੀ ਨਸਲ ਹੈ ਜੀ ਸੀਤਾ ਮਾਈ ਤੋਂ ਆਉਂਦੇ ਨੇ ਕਿਉਂਕਿ ਸੀਤਾ ਮਾਈ ਤੋਂ ਮਿਲਦੀਆਂ ਨੇ ਹੋਰ ਕਿਤੇ ਹੁਣ ਦੇਖ ਲਾ ਖੀਰਾ ਬੱਚਾ ਜੀ ਖੀਰਾ ਖੀਰਾ ਜੀ ਖੀਰਾ ਖੀਰਾ ਬੱਚਾ ਬਹੁਤ ਘੱਟ ਕਰਦੀਆਂ ਨੇ ਯਾਰ ਤੇ ਮੁੰਡੇ ਨੇ ਵੀ ਬਹੁਤ ਕੱਦ ਕਰਿਆ ਦੋਵਾਂ ਦਾ ਕੱਦ ਮਿਲਦੇ ਗਾ ਮੁੰਡੇ ਦਾ ਇੱਕ ਬਰਾਬਰ ਕੱਦ ਹੈ ਜਿਹੜਾ ਬੱਚਾ ਵੀਰੇ ਦਾ ਤੇ ਮੇਰਾ ਖਿਆਲ ਮੁੰਡੇ ਨੂੰ ਚੱਕ ਕੇ ਵੀ ਲੈ ਜੂ ਬੱਚਾ ਵੀ ਬਹੁਤ ਤਕੜਾ ਜੀ ਬਹੁਤ ਅੱਛੀ ਕੁਆਲਿਟੀ ਦਾ ਹਾਂਜੀ ਜਾਓ ਚੀਨੇ ਮੂੰਹ ਦੀ ਹਾਂਜੀ ਜਾਓ ਲਿਆਓ ਜੀ ਆ ਬੱਕਰੀ ਦੇ ਤੋਂ ਕੰਮ ਨਹੀਂ ਆ ਬੱਸ ਅੱਛਾ ਵੀਰੇ ਸੂਏ ਸੁਣਾ ਬੱਠ ਨੂੰ ਅੱਛਾ ਜੀ ਬਹੁਤ ਕੰਮ ਹੈ ਕੱਦ ਦਾ ਬਹੁਤ ਤਕੜਾ ਵਾਲਾ ਬੱਠਾ ਦਾ ਅੱਛਾ ਜੀ ਦੇਖਾਂ ਕਹਿ ਦੰਦਾ ਜੀ ਪਿਓਰ ਗੰਗਾ ਪਾਰੀ ਹੈ ਸੂਪੀ ਬਈ ਪਿਓਰ ਗੰਗਾ ਪੂਰੀ ਪਹਿਲੇ ਸੂਈ ਹੈ ਜੀ ਪਹਿਲੇ ਸੂਈ ਆ ਵੀਰੇ ਇਹ ਰਵਾ ਫਿਰ ਤੁਸੀਂ ਜਾ ਕੇ ਲਿਆਂਦਾ ਉਧਰੋਂ ਜੀ ਇਹ ਰਵਾ ਕਰਦਾ ਹੀ ਹੈ ਵੀਰੇ ਆਪਣਾ ਉਧਰੋਂ ਪਹਿਲਾਂ ਵੀ ਬਜ਼ੁਰਗ ਲਿਆਏ ਹੋਣੇ ਹਾਂ ਸ਼ੌਂਕ ਨੇ ਰੱਖੀ ਨੇ ਵੀਰੇ ਇਹਦਾ 5-4 ਲੈ ਗਏ ਆ ਬਾਕੀ ਘਰੇ ਨੇ ਭੇਡਾਂ ਆਪਣੀਆਂ ਹੈਗੇ 30-40 ਭੇਡਾਂ ਆਪਣੇ ਘਰੇ ਨੇ ਵੀਰੇ ਘਰਦੀਆਂ ਭੇਡਾਂ 30-40 30-40 ਘਰੇ ਭੇਡਾਂ ਨੇ ਤਾਂ 5-4 ਸ਼ੌਂਕ ਨੇ ਲੈ ਗਏ ਆ ਮੁੰਡਾ ਗਾ ਚੱਲ ਮੈਂ ਲੈ ਆਏ ਨੇ ਚੱਲ ਹਾਂ ਜੀ ਬਹੁਤ ਵਧੀਆ ਕੁਆਲਿਟੀ ਦਾ ਮਾਲ ਹੈ ਜੀ
ਕਿੰਨੇ ਮਹੀਨੇ ਦਾ ਹੋਊ ਬਾਈ? ਮਹੀਨੇ ਦਾ ਦੁੱਧ ਚੁੰਗਦਾ ਹੋਊਗਾ ਨਾ? ਦੁੱਧ ਚੁੰਗਦਾ ਖੁੱਲਾ ਹੀ ਆ। ਵਧੀਆ ਨਸਲ ਦੀਆਂ ਬੱਕਰੀਆਂ ਗਾਈਆਂ, ਭੇਡਾਂ ਵੀ ਨੇ ਤੇ ਬੱਕਰੀਆਂ ਵੀ ਨੇ। ਇਹ ਬਾਈਆਂ ਨੇ ਜੇਕਰ ਬੱਕਰੀਆਂ ਵਧੀਆ ਲੱਗੀਆਂ ਹੋਣ ਤਾਂ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਜੀ ਤੇ।